ਨੋਵਲ ਬਰੋਲੇ ਦੀ ਜੂਨ 29ਵਾਂ ਚੈਪਟਰ ਦੀਪੇ ਦੇ ਘਰ ਦਾ ਮਾਹੌਲ ਹੁਣ ਥੋੜਾ ਘਟਵਾਜਿਆ ਹੋ ਗਿਆ ਕੋਈ ਕਿਸੇ ਨਾਲ ਬਹੁਤੀ ਗੱਲ ਨਾ ਕਰਦਾ ਲਾਲੀ ਪਹਿਲਾਂ ਵਾਂਗ ਹੀ ਸਵੇਰੇ ਉੱਠ ਕੇ ਉਹਦਾ ਲੰਚ ਪਾ ਦਿੰਦੀ ਉਹ ਕੰਮ ਤੇ ਚੱਲਿਆ ਜਾਂਦਾ ਉਹ ਲਾਲੀ ਨੇੜੇ ਸੌਂਦਾ ਪਰ ਲਾਲੀ ਵਿੱਚੋਂ ਪਹਿਲਾਂ ਵਾਲੀ ਚੰਚਲਤਾ ਗਾਇਬ ਹੋ ਚੁੱਕੀ ਸੀ ਉਹਨਾਂ ਵਿੱਚ ਸਰੀਰਕ ਸੰਬੰਧ ਵੀ ਉਪਰੇ ਜੇ ਹੋ ਗਏ ਦੀਪੇ ਨੂੰ ਲੱਗਦਾ ਉਹ ਹਰ ਥਾਂ ਸਿਰਫ ਆਪਣਾ ਫਰਜ਼ ਹੀ ਨਿਭਾਉਂਦੀ ਹੈ ਦਿਲੋਂ ਕੁਝ ਨਹੀਂ ਕਰਦੀ ਉਨੇ ਬਹੁਤ ਵਾਰ ਲਾਲੀ ਨੂੰ ਸਭ ਕੁਝ ਭੁੱਲ ਜਾਣ ਵਾਸਤੇ ਕਿਹਾ ਪਰ ਉਟਸ ਤੋਂ ਮਸ ਨਾ ਹੋਈ ਮਹੀਨਾ ਡੇਢ ਮਹੀਨਾ ਲੰਘਣ ਤੋਂ ਬਾਅਦ ਵੀ ਜਦੋਂ ਹਾਲਾਤ ਨਾ ਬਦਲੇ ਤਾਂ ਦੀਪੇ ਨੇ ਵੀ दारू ਪੀਣੀ ਵਧਾ ਦਿੱਤੀ ਉਹ ਸ਼ਾਮ ਨੂੰ ਸ਼ਰਾਬੀ ਹੋ ਕੇ ਘਰ ਵੜਦਾ ਤੇ ਰੋਟੀ ਖਾ ਕੇ ਚੁੱਪਚਾਪ ਸੌ ਜਾਂਦਾ ਗੱਲ ਬਰਦਾਸ਼ਤ ਤੋਂ ਬਾਹਰ ਹੁੰਦੀ ਵੇਖ ਕੇ ਇੱਕ ਦਿਨ ਪ੍ਰਕਾਸ਼ ਕੌਰ ਨੇ ਲਾਲੀ ਨੂੰ ਕਿਹਾ ਲਾਲੀ ਬੇਟਾ ਦੀਪਾ ਅੱਜਕੱਲ ਸ਼ਰਾਬ ਕੁਝ ਜ਼ਿਆਦਾ ਨਹੀਂ ਪੀਣ ਲੱਗ ਪਿਆ ਹੂੰ ਲਾਲੀ ਨੇ ਇੰਨਾ ਹੀ ਜਵਾਬ ਦਿੱਤਾ ਲਾਲੀ ਮੈਨੂੰ ਪਤਾ ਹੈ ਦੀਪੇ ਨੇ ਗਲਤੀ ਕੀਤੀ ਹੈ ਪਰ ਮੈਨੂੰ ਲੱਗਦਾ ਤੂੰ ਉਹਨੂੰ ਉਹਦੀ ਗਲਤੀ ਨਾਲੋਂ ਵੱਡੀ ਸਜ਼ਾ ਦੇਈ ਜਾਣੀ ਹੈ ਮਾਂ ਨੇ ਆਪਣਾ ਨਜ਼ਰੀਆ ਬਿਆਨ ਕੀਤਾ ਨਹੀਂ ਮੰਮੀ ਕੋਈ ਵੀ ਸਜ਼ਾ ਉਹਦੀ ਗਲਤੀ ਨਾਲੋਂ ਵੱਡੀ ਨਹੀਂ ਹੋ ਸਕਦੀ ਲਾਲੀ ਨੇ ਜਵਾਬ ਦਿੱਤਾ ਅੱਛਾ ਯਾਨੀ ਕਿ ਤੇਰੀ ਕੋਈ ਗਲਤੀ ਨਹੀਂ ਸਾਰੀ ਦੀਪੇ ਦੀ ਗਲਤੀ ਆ ਮਾਂ ਨੇ ਲਾਲੀ ਵੱਲ ਘੂਰ ਕੇ ਦੇਖਦਿਆਂ ਕਿਆ ਮੇਰੀ ਕੀ ਗਲਤੀ ਹੈ ਨਿਮੀ ਨਾਲ ਲਾਵਾਂ ਲੈਣ ਲਈ ਉਹਦੇ ਤੇ ਕਿਹਨੇ ਜ਼ੋਰ ਪਾਇਆ ਤੂੰ ਹਨੀਮੂਨ ਤੇ ਜਾਣ ਲਈ ਉਹਦੇ ਤੇ ਕਿਨੇ ਜ਼ੋਰ ਪਾਇਆ ਤੂੰ ਉਹਨੂੰ ਸ਼ਰਾਬ ਦੇ ਨਸ਼ੇ ਚ ਬਹਿਕਾਇਆ ਕਿਨੇ ਨਿੰਮੀ ਨੇ ਹੁਣ ਜੇ ਤੂੰ ਪਾਣੀ ਨੂੰ ਅੱਗ ਦੇ ਨੇੜੇ ਰੱਖ ਦੇਂਗੀ ਤਾਂ ਕਦੇ ਨਾ ਕਦੇ ਤਾਂ ਉਬਲ ਹੀ ਜਾਣਾ ਕੁੜੀਏ ਅਕਲ ਕਰ ਆਪਣਾ ਘਰ ਵਾਲਾ ਗਵਾ ਨਾ ਲਈ ਉਹ ਤੇਰਾ ਇੰਨਾ ਕਰਦਾ ਹੈ ਤੇ ਤੂੰ ਐਵੇਂ ਅਫਰੀ ਫਿਰਦੀ ਐ ਕੱਲ ਨੂੰ ਨਿੰਮੀ ਆ ਗਈ ਤਾਂ ਉਹ ਸੱਚੀ ਖੋ ਕੇ ਲੈ ਜਾਊ ਇਹਨੂੰ ਰਿਸ਼ਤੇ ਬੜੇ ਸਾਂਭ ਕੇ ਰੱਖਣੇ ਪੈਂਦੇ ਆ ਨਾਲੇ ਉਹ ਵਿਚਾਰਾ ਤਾਂ ਬਾਰ-ਬਾਰ ਆਪਣੀ ਗਲਤੀ ਮੰਨ ਕੇ ਮਾਫੀ ਮੰਗ ਚੁੱਕਾ ਹੈ ਕੋਈ ਹੋਰ ਹੁੰਦਾ ਤਾਂ ਛੇਤਰਾਂ ਤੇ ਰੱਖਦਾ ਆਪਣੇ ਸਾਰੇ ਟੱਬਰ ਨੂੰ ਕੁੜੀਏ ਆਪਣਾ ਘਰ ਖਰਾਬ ਨਾ ਕਰ ਨਹੀਂ ਤਾਂ ਪਛਤਾਏਂਗੀ ਮਾਂ ਨੇ ਲਾਲੀ ਨੂੰ ਸ਼ੀਸ਼ਾ ਦਿਖਾਇਆ ਲਾਲੀ ਨੂੰ ਅੱਗੇੋਂ ਕੋਈ ਗੱਲ ਨਾ ਆਈ ਉਸ ਰਾਤ ਬਿਸਤਰੇ ਤੇ ਪਈ ਉਹ ਮਾਂ ਵਾਲੇ ਨਜ਼ਰੀਏ ਤੋਂ ਸੋਚਣ ਲੱਗੀ ਉਹਨੂੰ ਪ੍ਰਤੀਤ ਹੋਇਆ ਕਿ ਡਰਾਮਾ ਉਹਦੇ ਤੇ ਉਹਦੀ ਭੈਣ ਦੇ ਸਾਂਝੇ ਨਿਰਦੇਸ਼ਨ ਹੇਠ ਹੀ ਤਾਂ ਖੇਡਿਆ ਗਿਆ ਹੈ ਦੀਪਾ ਸਿਰਫ ਇੱਕ ਪਾਤਰ ਵਾਂਗ ਨਿਭਰਿਆ ਸੀ ਪਹਿਲਾਂ ਲਾਲੀ ਦੇ ਕਹੇ ਚੱਲਦਾ ਰਿਹਾ ਜਦੋਂ ਡੋਰਾ ਨਿੰਮੀ ਦੇ ਹੱਥ ਆਈਆਂ ਤਾਂ ਉਹਦੇ ਕਹਿਣੇ ਲੱਗ ਗਏ ਆਪਣੇ ਬਰਾਬਰ ਪੈ ਦੀਪੇ ਦਾ ਮੁਰਝਾਇਆ ਜਾਂ ਚਿਹਰਾ ਦੇਖ ਕੇ ਉਹਨੂੰ ਪਹਿਲੀ ਵਾਰ ਆਪਣੇ ਕੀਤੇ ਤੇ ਸ਼ਰਮਿੰਦਗੀ ਹੋਈ ਉਹਦੀਆਂ ਅੱਖਾਂ ਭਰ ਆਈਆਂ ਉਹਨੇ ਉੱਠ ਕੇ ਸੁੱਤੇ ਪੈ ਦੀਪੇ ਦਾ ਮੱਥਾ ਚੁੰਮ ਲਿਆ ਅਗਲੇ ਦਿਨ ਸਵੇਰੇ ਦੀਪੇ ਦਾ ਲੰਚ ਪਾਉਣ ਤੋਂ ਬਾਅਦ ਉਹਨੇ ਮੁਸਕਰਾ ਕੇ ਦੀਪੇ ਨੂੰ ਕਿਹਾ ਅੱਜ ਘਰ ਛੇਤੀ ਆ ਜਾਇਓ ਨਾਲੇ ਬਾਹਰੋਂ ਪੀ ਕੇ ਨਾ ਆਇਓ ਜੇ ਪੀਣੀ ਹੋਈ ਘਰੋਂ ਪੀ ਲਿਓ ਅੱਜ ਲਾਲੀ ਦੇ ਬੋਲਾਂ 'ਚ ਪਹਿਲਾਂ ਵਾਲਾ ਆਪਣਾਪਨ ਛਲ ਗਿਆ ਦੀਪੇ ਦੀ ਰੂਹ ਖੁਸ਼ ਹੋ ਗਈ। ਉਹਨੂੰ ਲੱਗਾ ਬਹੁਤ ਚਿਰ ਬਾਅਦ ਲਾਲੀ ਚੋਹ ਦੀ ਪਤਨੀ ਬੋਲੀ ਐ। ਦੀਪਾ ਪੂਰੇ 5:30 ਵਜੇ ਘਰ ਆ ਗਿਆ। ਨੌਣ ਮਗਰੋਂ ਸੋਫੇ ਤੇ ਆ ਬੈਠਾ। ਲਾਲੀ ਨੇ ਉਹਦੇ ਕੋਲ ਆ ਕੇ ਕਿ ਅੱਜ ਤੁਹਾਡੀ ਮਨਪਸੰਦ ਪਾਲਕ ਦੀ ਪੁਰਜੀ ਬਣਾਈ ਐ। ਫਿਰ 9:00 ਹੋ ਕੇ ਦੀਪੇ ਦੇ ਕੰਨ 'ਚ ਕਹਿਣ ਲੱਗੀ, "ਜੇ ਪੈਗ ਨੂੰ ਜੀ ਕਰਦਾ ਤਾਂ ਬੇਸ਼ੱਕ ਲਾ ਲਓ।" ਦੀਪਾ ਹੱਸ ਕੇ ਕਹਿਣ ਲੱਗਾ, "ਆਪਣੇ ਨੈਣਾ 'ਚੋਂ ਪਲਾ ਦਿਓ ਸੋਹਣਿਆ।" ਲਾਲੀ ਹੱਸਦੀ ਹੋਈ ਰਸੋਈ ਵੱਲ ਚਲੀ ਗਈ। ਡਿਨਰ ਤੋਂ ਬਾਅਦ ਦੀਪਾ ਟੀਵੀ ਤੇ ਕੋਈ ਫਿਲਮ ਦੇਖਣ ਲੱਗ ਪਿਆ। ਰੋਟੀ ਪਾਣੀ ਦਾ ਕੰਮ ਨਿਭੜਨ ਪਿੱਛੋਂ ਮੰਮੀ ਡੈਡੀ ਆਪਣੇ ਕਮਰੇ ਚ ਚਲੇ ਗਏ। ਲਾਲੀ ਨੇ ਟੀਵੀ ਦਾ ਰਿਮੋਟ ਚੁੱਕ ਕੇ ਟੀਵੀ ਬੰਦ ਕਰ ਦਿੱਤਾ ਤੇ ਬੜੇ ਹੱਕ ਜੇ ਨਾਲ ਦੀਪੇ ਨੂੰ ਕਿਹਾ ਚਲੋ ਆ ਜਾਓ ਸੌઈએ। ਦੀਪੇ ਨੂੰ ਅੱਜ ਪੂਰੇ 2.5 ਮਹੀਨੇ ਬਾਅਦ ਪਹਿਲਾਂ ਵਾਲੀ ਲਾਲੀ ਦੇ ਦਰਸ਼ਨ ਹੋਏ ਸਨ। ਉਹਦੇ ਬੈੱਡ ਤੇ ਪਹਿੰਦੇ ਸਾਰੀ ਲਾਲੀ ਨੇ ਆਪਣਾ ਸਿਰ ਉਹਦੀ ਛਾਤੀ ਤੇ ਰੱਖ ਲਿਆ। ਬੜੇ ਲਾੜਜੇ ਨਾਲ ਕਹਿਣ ਲੱਗੀ ਦੀ ਆਮ ਸੌਰੀ। ਮੈਂ ਤੁਹਾਨੂੰ ਖਾਮ ਖਾਸਾ ਜਿਆ ਦੇਣ ਲੱਗ ਪਈ ਤੁਹਾਡਾ ਕਸੂਰ ਤਾਂ ਬਹੁਤ ਛੋਟਾ ਜਿਹਾ ਸੀ ਵੱਡਾ ਕਸੂਰ ਤਾਂ ਮੇਰਾ ਤੇ ਨੀਮੀ ਦਾ ਹੈ ਨੀਮੀ ਦਾ ਤਾਂ ਹੋਇਆ ਪਰ ਤੇਰਾ ਕਿਦੋਂ ਤੁਹਾਨੂੰ ਪਤਾ ਹੈ ਵੇਦ ਪੁਰਾਣਾ ਚ ਵੀ ਲਿਖਿਆ ਹੈ ਕਿ ਜੇ ਤੁਸੀਂ ਇੱਕ ਕਮਰੇ ਚ ਪਿਓ ਨਾਲ ਜਵਾਨ ਧੀ ਨੂੰ ਸੁਲਾ ਦਿਓ ਤਾਂ ਉਹਨਾਂ ਵਿੱਚ ਵੀ ਸਰੀਰਕ ਸੰਬੰਧ ਹੋ ਜਾਂਦਾ ਹੈ ਅਸਲ ਚ ਚੁੰਬਕ ਦੇ ਉਲਟੇ ਸਿਰਿਆਂ ਨੂੰ ਇੱਕ ਦੂਜੇ ਦੇ ਨੇੜੇ ਲਜਾਣ ਬਰਾਬਰ ਹੈ ਮੈਂ ਕਮਲੀ ਨੇ ਤੁਹਾਨੂੰ ਹਨੀਮੂਨ ਤੇ ਭੇਜ ਕੇ ਅੱਗ ਦੇ ਬਿਰੂਦ ਇਕੱਠੇ ਕਰ ਦਿੱਤੇ ਇਹਦੇ ਨਾਲੋਂ ਵੱਡੀ ਗਲਤੀ ਹੋਰ ਕੀ ਹੋਣੀ ਹੈ ਲਾਲੀ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ ਪਰ ਮੇਰੇ ਲਾਲ ਗੁਲਾਲ ਨੇ ਕੋਈ ਵੀ ਗਲਤੀ ਜਾਣ ਬੁੱਝ ਕੇ ਨਹੀਂ ਕੀਤੀ ਮੇਰੇ ਤੇ ਨਿੰਮੀ ਦੀ ਗਲਤੀ ਵਾਕਿਆ ਹੀ ਗਲਤੀ ਹੈ ਮੈਂ ਜੋ ਸਜ਼ਾ ਭੁਗਤੀ ਹੈ ਉਹ ਮੇਰੀ ਬਣਦੀ ਸੀ ਦੀਪੇ ਨੇ ਕਿਹਾ ਚਲੋ ਹੁਣ ਜੋ ਹੋ ਗਿਆ ਸੋ ਹੋ ਗਿਆ ਪਰ ਮੈਨੂੰ ਇਹ ਦੱਸੋ ਵੀ ਇਹ ਸਾਰਾ ਕੁਝ ਵਾਪਰਿਆ ਕਿਦਾਂ ਤੁਸ ਤਾਂ ਡਲਹੌਜ਼ੀ ਤੋਂ ਰੋਜ਼ ਮੈਨੂੰ ਫੋਨ ਕਰਦੇ ਹੁੰਦੇ ਸੀ ਮੈਨੂੰ ਤਾਂ ਕਦੇ ਨਹੀਂ ਲੱਗਾ ਵੀ ਉਧਰ ਕੁਝ ਐਸਾ ਵੈਸਾ ਚੱਲ ਰਿਹਾ ਲਾਲੀ ਨੇ ਸਵਾਲ ਕੀਤਾ ਛੱਡ ਪਰ ਕਿਉਂ ਦੁੱਖ ਦੀ ਰਗ ਛੇੜਦੀ ਹੈ ਦੀਪ ਨੇ ਪਿੱਛਾ ਛਡਾਉਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਮੈਨੂੰ ਇੱਕ ਇੱਕ ਡਿਟੇਲ ਚਾਹੀਦੀ ਹੈ ਨਾਲੇ ਹੁਣ ਲੁਕਾਉਣ ਦਾ ਕੀ ਫਾਇਦਾ ਹੁਣ ਤਾਂ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ ਲਾਲੀ ਨੇ ਦੀਪੇ ਦੀ ਬਾਹ ਤੇ ਚੁੰਡੀ ਵੜਦਿਆਂ ਕਿਹਾ ਚਲ ਠੀਕ ਆ ਸੁਣ ਫੇਰ ਕਿਹਾ ਕਿ ਦੀਪੇ ਨੇ ਹਨੀਮੂਨ ਟ੍ਰਿਪ ਦੀ ਸਾਰੀ ਹੋਈ ਬੀਤੀ ਇਨ ਬਿਨ ਲਾਲੀ ਨੂੰ ਸੁਣਾ ਦਿੱਤੀ ਸਾਰਾ ਕੁਝ ਸੁਣਨ ਤੋਂ ਬਾਅਦ ਲਾਲੀ ਹੈਰਾਨੀ ਨਾਲ ਕਹਿਣ ਲੱਗੀ ਹੱਦ ਹੋ ਗਈ ਨੀਮੀ ਦੀਦੀ ਤਾਂ ਚੱਲ ਕਿਸੇ ਲਾਲਚ ਵਸ ਤੁਹਾਡੇ ਨਾਲ ਸੁੱਤੇ ਪਰ ਰਾਣੂ ਵੀ ਆਪਣੇ ਬੋਏਫ੍ਰੈਂਡ ਨਾਲ ਉਹ ਵੀ ਵਿਆਹ ਤੋਂ ਪਹਿਲਾਂ ਹੀ ਤੈਨੂੰ ਕੋਈ ਲੱਗਦਾ ਸਾਰੀਆਂ ਕੁੜੀਆਂ ਵਿਆਹ ਕਰਾਉਣ ਤੱਕ ਪਾਕ ਪਵਿੱਤਰ ਰਹਿੰਦੀ ਹੈ ਦੀਪੇ ਨੇ ਲਾਲੀਵਾਲ ਦੇਖਦੇ ਆਂ ਸਵਾਲ ਕੀਤਾ ਪਹਿਲਾਂ ਤਾਂ ਇਹੀ ਲੱਗਦਾ ਸੀ ਪਰ ਹੁਣ ਨਹੀਂ ਲਾਲੀ ਨੇ ਮੁਸਕਰਾ ਕੇ ਕਿਹਾ ਨਿੰਮੀ ਵੀ ਤਾਂ ਆਪਣੇ ਬੋਏਫ੍ਰੈਂਡ ਨਾਲ ਸੌਂਦੀ ਰਹੀ ਹੈ ਦੀਪੇ ਨੇ ਕਿਹਾ ਲੈ ਜ਼ਰੂਰੀ ਤਾਂ ਨਹੀਂ ਮੈਂ ਸੁਣਿਆ ਵੀ ਬਹੁਤੇ ਲੋਕ ਵਿਆਹ ਤੋਂ ਪਹਿਲਾਂ ਰਿਸ਼ਤਾ ਪਵਿੱਤਰ ਰੱਖਦੇ ਆ ਲਾਲੀ ਨੇ ਤਰਕ ਦਿੱਤਾ ਪਰ ਉਹਦਾ ਬੋਏਫ੍ਰੈਂਡ ਰਿਸ਼ਤਾ ਪਵਿੱਤਰ ਰੱਖਣ ਵਾਲਿਆਂ ਚੋਂ ਨਹੀਂ ਸੀ ਉਤਰ ਨਿਮੀ ਦੇ ਸਰੀਰ ਨਾਲ ਕਈ ਵਾਰ ਖੇਡ ਗਿਆ ਦੀਪਾ ਜਾਣ ਬੁੱਝ ਕੇ ਲਾਲੀ ਦੀ ਉਤਸੁਕਤਾ ਵਧਾ ਰਹੀ ਸੀ ਕੀ ਮਤਲਬ ਤੁਹਾਨੂੰ ਨਿਮੀ ਨੇ ਦੱਸਿਆ ਸਾਰਾ ਕੁਝ ਲਾਲੀ ਦਾ ਅੰਗ ਅੰਗ ਸਵਾਲ ਦਾ ਰੂਪ ਹੋ ਗਿਆ ਨਹੀਂ ਉਹਨੇ ਕਾਨੂੰ ਦੱਸਿਆ ਜੇ ਉਹਨੇ ਖੁਦ ਦੱਸਣਾ ਹੁੰਦਾ ਤਾਂ ਪਹਿਲਾਂ ਨਾ ਦੱਸਦੀ ਮੈਨੂੰ ਤਾਂ ਹੋਰ ਕਿਤੇੋਂ ਪਤਾ ਲੱਗਾ ਨਾਲੇ ਉਹਦੇ ਬੋਏਫਰੈਂਡ ਨੂੰ ਤੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਦੀਪਾ ਜਾਣ ਬੁੱਝ ਕੇ ਲਾਲੀ ਅੱਗੇ ਭੁਜਾਰਤ ਪਾ ਗਿਆ ਹੈ ਕੌਣ ਛੇਤੀ ਦੱਸੋ ਪਲੀਜ਼ ਲਾਲੀ ਦੀ ਉਤਸੁਕਤਾ ਸਿਖਰਾਂ ਤੇ ਜਾ ਪੜੀ ਉਹ ਹਨ ਸਾਡੇ ਮਹਾ ਪ੍ਰਤਾਪੀ ਮਹਾ ਯੋਧਾ ਮਹਾ ਬਲੀ ਭੰਗੜਾ ਮਾਸਟਰ ਸਰਦਾਰ ਜਰਨੈਲ ਸਿੰਘ ਜੈਲਾ ਜੀ ਦੀ ਪੇਨੀ ਵਿਅੰਗ ਕੱਸਣ ਵਾਲੀ ਕੋਈ ਕਸਰ ਨਾ ਛੱਡੀ 노 ਵੇ ਮੈਂ ਨਹੀਂ ਮੰਦੀ ਮਜ਼ਾਕ ਨਾ ਕਰੋ ਪਲੀਜ਼ ਇਹੋ ਜੇ ਦੁੱਕੀ ਦੇ ਬੰਦੇ ਨੂੰ ਤਾਂ ਕੋਈ ਬਦਸੂਰਤ ਤੇ ਬੇਅਕਲ ਕੁੜੀ ਵੀ ਮੂੰਹ ਨਾ ਲਾਵੇ ਦੀਦੀ ਤਾਂ ਇੰਨੇ ਸੋਹਣੇ ਨੇ ਲਾਲੀ ਨੇ ਫੇਰ ਸਿਰ ਫੇਰਦਿਆਂ ਕਿ ਸੋਹਣੇ ਤਾਂ ਠੀਕ ਹੈ ਅਰ ਅਕਲ ਤੇ ਪਰਦਾ ਪੈਣ ਲੱਗਿਆ देर ਨਹੀਂ ਲੱਗਦੀ ਨਾਲੇ ਜਨਾਬ ਦਿਲ ਤਾਂ ਦਿਲ ਹੈ ਜੇ ਗਦੇ ਤੇ ਵੀ ਆ ਜਾਏ ਤਾਂ ਉਹ ਵੀ ਰੱਬ ਹੋ ਜਾਂਦਾ ਚੱਲ ਮੈਂ ਤੈਨੂੰ ਦੱਸਦਾ ਮੈਨੂੰ ਕਿਦਾਂ ਪਤਾ ਲੱਗਾ ਇਹ ਅੱਖਣ ਤੋਂ ਬਾਅਦ ਦੀਪੇ ਨੇ ਵੀਰੇ ਦੇ ਮੂੰਹ ਸੁਣੀਆਂ ਸਾਰੀਆਂ ਗੱਲਾਂ ਲਾਲੀ ਨੂੰ ਸੁਣਾ ਦਿੱਤੀਆਂ ਸਾਰਾ ਕੁਝ ਸੁਣਦਿਆਂ ਲਾਲੀ ਦੇ ਦੀਦੇ ਬਾਹਰ ਆ ਗਏ ਤਾਂ ਹੀ ਤਾਂ ਹੀ ਦੀਦੀ ਲੁਕੋ ਰਹੀ ਸੀ ਆਪਣੇ ਤੋਂ ਉਹਨਾਂ ਨੂੰ ਪਤਾ ਸੀ ਵੀ ਮੈਂ ਜੇਲੇ ਦਾ ਨਾਂ ਸੁਣ ਕੇ ਖੇਜ ਜਾਣਾ ਮੈਨੂੰ ਤਾਂ ਦੀਦੀ ਦੀ ਅਕਲ ਤੇ ਹੈਰਾਨੀ ਆਉਂਦੀ ਹੈ ਇੰਨੇ ਸਿਆਣੇ ਹੋ ਕੇ ਵੀ ਉਸ ਗੰਦ ਤੇ ਝੱਗ ਗਏ ਲਾਲੀ ਨੇ ਕਾਫੀ ਸੋਚਣ ਪਿੱਛੋਂ ਕਿਆ ਮੈਨੂੰ ਤਾਂ ਆਪ ਜੈਲੇ ਦਾ ਨਾਂ ਸੁਣ ਕੇ ਬਹੁਤ ਹੈਰਾਨੀ ਹੋਈ ਉਹ ਕਹਿੰਦੇ ਹੁੰਦੇ ਨਾ ਕਿ ਉਸਨਾਕ ਬਾਹਮਣੀ ਸਿੰਧ ਦਾ ਤੜਕਾ ਗੱਲ ਸੁਣੋ ਇਹ ਦੀਦੀ ਦੇ ਪੇਟ ਵਿੱਚਲਾ ਬੱਚਾ ਕਿਤੇ ਜੈਲੇ ਦਾ ਹੀ ਨਾ ਹੋਵੇ ਲਾਲੀ ਦੇ ਦਿਮਾਗ 'ਚ ਸਵਾਲ ਆਇਆ ਤਾਂ ਉਹਨੇ ਪੁੱਛ ਲਿਆ ਨਹੀਂ ਉਹਦੇ ਨਾਲ ਤਾਂ ਨਿੰਮੀ ਦੀ ਬਹੁਤ ਪਹਿਲਾਂ ਵਿਗੜ ਚੁੱਕੀ ਆ ਦੀਪੇ ਨੇ ਸੁੱਧੇ ਸੁੱਤੇ ਸਿੱਧਾ ਅਖ ਦਿੱਤਾ ਜਾਣੀ ਕਿ 100% ਤੁਹਾਡਾ ਹੀ ਆ। ਨੀਮੀ ਨੇ ਰੁੱਖਾ ਜਿਹਾ ਮੂੰਹ ਕਰਕੇ ਕਿਹਾ ਇਹ ਸੁਣ ਕੇ ਦੀਪਾ ਕੁਛ ਨਾ ਬੋਲੀਆ। ਮੈਂ ਸੋਚਦੀ ਸੀ ਕਿ ਦੀਦੀ ਦਾ ਬੱਚਾ ਵੀ ਆਪਾਂ ਹੀ ਅਡੌਪਟ ਕਰ ਲਾਂਗੇ। ਕਿਹੜਾ ਬਗਾਨਾ ਹੈ? ਤੁਹਾਡਾ ਆਪਣਾ ਹੀ ਖੂਨ ਆ। ਨਾਲੇ ਕੀ ਪਤਾ ਦੀਦੀ ਦਾ ਹਸਬੰਡ ਉਹਨੂੰ ਆਪਣਾਵੇ ਜਾਂ ਨਾ। ਲਾਲੀ ਨੇ ਦੀਪੇ ਦੀਆਂ ਅੱਖਾਂ 'ਚ ਝਾਕਦੇ ਹੋਏ ਕਿਹਾ। ਮੇਰੇ ਲਾਲ ਗੁਲਾਲ ਜੀ ਛੱਡੋ ਹੁਣ ਇਹ ਟੌਪਿਕ। ਮਸੀ ਅੱਜ ਜਨਾਬ ਦਾ ਮੂਠ ਠੀਕ ਹੋਇਆ ਕਿਤੇ ਦੁਬਾਰਾ ਨਾ ਖਰਾਬ ਹੋ ਜਾਏ। ਇਹ ਆਖਦੇ ਹਾਂ ਦੀਪ ਦੀਪ ਨੇ ਲਾਲੀ ਨੂੰ ਆਪਣੀਆਂ ਬਾਹਾਂ ਚ ਘੁੱਟ ਲਿਆ ਇਸ ਵਿੱਚ ਉਹ ਜ਼ਿੰਦਗੀ ਆਪਣੀ ਚਾਲੇ ਰੁੜ ਪਈ ਲਾਲੀ ਤੇ ਦੀਪਾ ਆਪੋ ਆਪਣੇ ਕੰਮ ਕਾਰਜ ਚ ਪੂਰੀ ਤਰ੍ਹਾਂ ਰੁੱਝ ਗਏ ਦੀਪਾ ਤੇ ਪ੍ਰਕਾਸ਼ कौर ਦੋਵੇਂ ਲਾਲੀ ਨੂੰ ਘਰ ਦਾ ਕੰਮ ਕਰਨੋਂ ਵਰਜਦੇ ਪਰ ਉਹ ਕੰਮ ਕਰਨੋਂ ਨਾ ਹਟਦੀ ਲਾਲੀ ਦੀ ਪ੍ਰੈਗਨੈਂਸੀ ਨਾਰਮਲ ਜਾ ਰਹੀ ਸੀ ਡਾਕਟਰ ਨੇ ਵੀ ਉਹਨੂੰ ਕੋਈ ਖਾਸ ਸਾਵਧਾਨੀਆਂ ਵਰਤਣ ਲਈ ਨਾ ਕਿਹਾ ਸਮੇਂ ਨੇ ਪਹਿਲੀ ਛਾਲ ਮਾਰੀ 5 ਮਹੀਨੇ ਗੁਜ਼ਰ ਗਏ ਉਧਰ ਇੰਡੀਆ ਚ ਨਿੰਮੀ ਦਾ ਅੰਬੈਸੀ ਨਾਲ ਚਿੱਠੀ ਪੱਤਰ ਚੱਲ ਰਿਹਾ ਸੀ ਉਹ ਸਬੋਧ ਮਹਿਤਾ ਦੀ ਮਦਦ ਨਾਲ ਹਰ ਕਾਗਜ਼ ਪੱਤਰ ਬੜੇ ਧਿਆਨ ਨਾਲ ਅੰਬੈਸੀ 'ਚ ਜਮ੍ਹਾਂ ਕਰਾ ਰਹੀ ਸੀ ਹਮਲਾ ਹੋਣ ਕਰਕੇ ਨਿਮੀ ਹੁਣ ਕਿਸੇ ਕੰਮ ਤੋਂ ਬਿਨਾਂ ਕਰੋਣਾ ਨਿਕਲਦੀ ਉਹ ਸਾਰੀ ਦਿਹਾੜੀ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚਦੀ ਰਹਿੰਦੀ ਕਦੇ ਨੂੰ ਲੱਗਦਾ ਦੀਪਾ ਬਹੁਤ ਭੋਲਾ ਹੈ ਉਹ ਇੱਕ ਵਾਰ ਕੈਨੇਡਾ ਪਹੁੰਚ ਜਾਏ ਫਿਰ ਕੁਝ ਵੀ ਕਰਕੇ ਦੀਪੇ ਨੂੰ ਆਪਣੇ ਵੱਲ ਖਿੱਚ ਲਏਗੀ ਉਦੇ ਅੰਦਰ ਇਹ ਗੱਲ ਘਰ ਕਰ ਚੁੱਕੀ ਸੀ ਕਿ ਦੀਪੇ ਉਤੇ ਉਹਦਾ ਹੱਕ ਜ਼ਿਆਦਾ ਹੈ ਕਿਉਂਕਿ ਦੀਪੇ ਦੀ ਪਹਿਲੀ ਮੰਗ ਉਸੇ ਨਾਲ ਕੇ ਲਾਲੀ ਸਮੇਂ ਨੇ ਦੂਜੀ ਛਾਲ ਮਾਰੀ ਲਾਲੀ ਦੇ ਘਰ ਪੁੱਤਰ ਨੇ ਜਨਮ ਲਿਆ ਦੀਪੇ ਨੂੰ ਬਾਪ ਬਣਨ ਦਾ ਲੋੜੇ ਦਾ ਚਾਹ ਸੀ ਗੁਰਦੁਆਰੇ ਉਹ ਨਾਂ ਦਾ ਪਹਿਲਾ ਅੱਖਰ ਐੜਾ ਨਿਕਲਿਆ ਉਹਦਾ ਨਾਂ ਅਗਮਜੀਤ ਰੱਖ ਦਿੱਤਾ ਇਦਾਂ ਬੱਚੇ ਨੂੰ ਛੋਟਾ ਨਾਂ ਅਗਮ ਮਿਲ ਗਿਆ ਦੀਪੇ ਨੇ ਅਗਮ ਦੇ ਜਨਮ ਦੀਆਂ ਦਿਲ ਖੋਲ ਕੇ ਖੁਸ਼ੀਆਂ ਮਨਾਈਆਂ ਲੋਕਾਂ ਦੇ ਕਹਿਣ ਮੁਤਾਬਕ ਅਗਮ ਦੇ ਨਵੇਂ ਨਕਸ਼ੇਨ ਦੀਪੇ ਤੇ ਗਏ ਸੀ ਤੇ ਹੱਸ ਕੇ ਸਭ ਦੀ ਗੋਦੀ ਚ ਚਲਿਆ ਜਾਂਦਾ ਉਹਦੀ ਨਾਨੀ ਤੇ ਮਾਂ ਰੋਜ਼ ਉਹਦੀ ਨਜ਼ਰ ਉਤਾਰਦੀਆਂ ਰਹਿੰਦੀਆਂ ਅਗਮ ਅਜੇ ਮਹੀਨੇ ਕ ਦਾ ਹੀ ਹੋਇਆ ਸੀ ਇੰਡੀਆ ਤੋਂ ਖਬਰ ਆਈ ਕਿ ਨਿੰਮੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਪ੍ਰਕਾਸ਼ ਕੌਰ ਨੇ ਖਬਰ ਦੀਪੇ ਤੇ ਲਾਲੀ ਨੂੰ ਦਿੱਤੀ ਇਹ ਵੀ ਦੱਸਿਆ ਕਿ ਨਿੰਮੀ ਨੇ ਆਪਣੇ ਪੁੱਤਰ ਦਾ ਨਾਂ ਮਨਰਾਜ ਰੱਖਿਆ ਸਬੋਧ ਮਹਿਤਾ ਨੇ ਮੁੰਡੇ ਦੇ ਵੀ ਸਭ ਪੇਪਰ ਤਿਆਰ ਕਰਕੇ ਕੈਨੇਡੀਅਨ ਐਮਬੈਸੀ ਭੇਜ ਦਿੱਤੇ ਦੀਪੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਮਨਰਾਜ ਦੇ ਪੈਦਾ ਹੋਣ ਦੀ ਖੁਸ਼ੀ ਮਨਾਏ ਜਾਂ ਗਮ ਕਰੇ ਫਿਰ ਉਹਨੇ ਸੋਚਿਆ ਕਿ ਇਹਦੇ 'ਚ ਬੱਚੇ ਦਾ ਕੀ ਕਸੂਰ ਹੈ ਚੈਪਟਰ 3 ਦੁਸਹਿਰਾ ਲੰਘੇ ਨੂੰ 5 ਦਿਨ ਹੋਏ ਸੀ ਕਿ ਨਿੰਮੀ ਤੇ ਉਹਦੇ ਬੱਚੇ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਉਹਦੇ ਕੋਲ ਆਪਣਾ ਚਾਹ ਨਹੀਂ ਸੀ ਸਾਂਭਿਆ ਜਾ ਰਿਹਾ ਸਬੋਧ ਮਹਿਤਾ ਨੇ ਸੱਚੀ ਕਿਹਾ ਸੀ ਬੱਚੇ ਦਾ ਕਰਕੇ ਐਮਬੈਸੀ ਵੱਲੋਂ ਉਹਦੀ ਬਹੁਤੀ ਪੁੱਛਗਿੱਛ ਨਹੀਂ ਸੀ ਹੋਈ ਨਿੰਮੀ ਨੂੰ ਲੱਗਿਆ ਕਿ ਉਹਦਾ ਬੇਟਾ ਉਹਦੇ ਲਈ ਖੁਸ਼ੀਆਂ ਲੈ ਕੇ ਆਇਆ ਹੈ ਉਨੇ ਵਾਹੋਦਾਈ ਸ਼ਾਪਿੰਗ ਕੀਤੀ ਕੈਨੇਡਾ ਦੀ ਟਿਕਟ ਕਰਾ ਲਈ। ਉਹਨੇ ਮਨ ਚ ਸੋਚ ਲਿਆ ਸੀ ਕਿ ਦੀਵਾਲੀ ਕੈਨੇਡਾ ਜਾ ਕੇ ਮਨਾਏਗੀ। ਇਧਰ ਪ੍ਰਕਾਸ਼ ਖੌਰ ਤੇ ਪ੍ਰੇਮ ਸਿੰਘ ਦੋਵੇਂ ਖੁਸ਼ ਸਨ ਕਿ ਨਿੰਮੀ ਨੂੰ ਵੀਜ਼ਾ ਮਿਲ ਗਿਆ ਪਰ ਲਾਲੀ ਦੀ ਅਜੀਬ ਜੀ ਹਾਲਤ ਸੀ। ਭਾਵੇਂ ਕਿ ਉਹਨੇ ਹਮੇਸ਼ਾ ਹੀ ਸੋਚਿਆ ਸੀ ਕਿ ਉਹਦੀ ਭੈਣ ਦੇ ਆਉਣ ਨਾਲ ਉਹਦਾ ਪਰਿਵਾਰ ਪੂਰਾ ਹੋ ਜਾਊ ਪਰ ਅੱਜ ਉਹਨੂੰ ਲੱਗ ਰਿਹਾ ਸੀ ਕਿ ਉਹਦੀ ਭੈਣ ਨਹੀਂ ਸੌਕਣ ਆ ਰਹੀ ਐ। ਉਹਦੇ ਕੰਨਾਂ 'ਚ ਆਪਣੀ ਮਾਂ ਦੇ ਬੋਲ बार-बार ਗੂੰਜਦੇ ਕਿ ਕੱਲ ਨੂੰ ਨਿੰਮੀ ਆ ਗਈ। ਸੱਚੀ ਖੋਕੇ ਲੈ ਜਾਊੀ ਦੀਪੇ ਨੂੰ ਅੰਦਰੋਂ ਅੰਦਰ ਨਿਮੀ ਦੇ ਆਉਣ ਨਾਲ ਮਨਰਾਜ ਦੇ ਆਉਣ ਦਾ ਚਾਹ ਸੀ ਪਰ ਉਹ ਆਪਣਾ ਚਾ ਕੇ ਸੀ ਅੱਗੇ ਜ਼ਹਰ ਨਹੀਂ ਸੀ ਕਰ ਰਿਹਾ ਉਹ ਇਹ ਸੋਚ ਕੇ ਰੋਮਾਂਸ ਨਾਲ ਭਰ ਜਾਂਦਾ ਕਿ ਅਗਮ ਤੇ ਮਨਰਾਜ ਜਦੋਂ ਉਹਨਾਂ ਦੇ ਵਿਹੜੇ 'ਚ ਕਲਕਾਰੀਆਂ ਮਾਰਨਗੇ ਤਾਂ ਕਿਹ ਹ ਮਨਮੋਹਕ ਨਜ਼ਾਰਾ ਹੋਏਗਾ ਦੀਵਾਲੀ ਤੋਂ 3 ਦਿਨ ਪਹਿਲਾਂ ਨਿਮੀ ਵੈਨਕੂਵਰ 에ਰਪੋਰਟ ਤੇ ਆ ਉਤਰੀ ਪ੍ਰੇਮ ਸਿੰਘ ਉਹਦਨ ਕੰਮ ਤੇ ਸੀ ਪ੍ਰਕਾਸ਼ਕੌਰ ਤੇ ਦੀਪਾ ਹੀ ਉਹਨੂੰ 에ਰਪੋਰਟ ਤੋਂ ਲੈਣ ਗਏ ਮਨਰਾਜ ਨੂੰ ਗੱਲ ਨਾਲ ਲਾਈ ਮਨਰਾਜ ਨੂੰ ਗੱਲ ਨਾਲ ਲਾਈ ਨਿਮੀ ਬਹੁਤ ਮੁਸ਼ਕਲ ਨਾਲ ਆਪਣੀ ਰਿਹੜੀ ੱੱਕੀ ਲਿਆ ਰਹੀ ਸੀ ਉਹ ਪਹਿਲਾਂ ਮਾਂ ਨੂੰ ਗੱਲ ਲਾ ਕੇ ਮਿਲੀ ਫਿਰ ਦੀਪੇ ਬਲਵਦੀ ਦੀਪੇ ਨੇ ਉਹਨੂੰ ਗੱਲ ਨਾਲ ਨਾ ਲਾਇਆ ਸਭ ਨੂੰ ਇੱਕ ਪਾਸੇ ਉਹ ਬਾਂਬ ਲਾ ਕੇ ਉਪਰ ਆ ਜਾਇਆ ਮਿਲਿਆ ਇਸ ਤੋਂ ਬਾਅਦ ਉਹਨੇ ਮਨਰਾਜ ਨੂੰ ਨਿਮੀ ਕੋਲੋਂ ਫੜ ਲਿਆ ਮਨਰਾਜ ਦੇ ਨੈਣ ਨਕਸ਼ੇ ਨਗੰਬਰਗੇ ਸਨ ਚੌਂਕੂ ਮੀਨੇ ਦਾ ਮਨਰਾਜ ਪਹਿਲਾਂ ਉਹਦੇ ਵੱਲ ਬਿਟਰ ਬਿਟਰ ਝਾਕੀਆ ਫਿਰ ਹੱਸ ਪਿਆ ਅਗਲੇ 45 ਮਿੰਟਾਂ ਤੋ ਆਪਣੇ ਘਰ ਮੂਰੇ ਖੜੇ ਸਨ ਦੀਪੇ ਨੇ ਅੱਗੇ ਹੋ ਕੇ ਬੈਲ ਵਜਾਈ ਕੁਝ ਸਕਿੰਟਾਂ ਬਾਅਦ ਲਾਲੀ ਨੇ ਦਰਵਾਜ਼ਾ ਖੋਲ੍ਹਿਆ ਲਾਲੀ ਤੇ ਨਿੰਮੀ ਦੀਆਂ ਨਜ਼ਰਾਂ ਮਿਲੀਆਂ ਦੀਪੇ ਨੂੰ ਮਹਿਸੂਸ ਹੋਇਆ ਜਿਵੇਂ ਉਹਨਾਂ ਦੋਹਾਂ ਨੂੰ ਇੱਕ ਦੂਜੇ ਵੱਲ ਦੇਖ ਕੇ ਕੋਈ ਖਾਸ ਖੁਸ਼ੀ ਨਾ ਹੋਈ ਹੋਵੇ ਲਾਲੀ ਨੇ ਦਰਾਂ ਤੇ ਤੇਲ ਚੁਆ ਕੇ ਨਿੰਮੀ ਤੇ ਮਨਰਾਜ ਨੂੰ ਅੰਦਰ ਪਾੜਿਆ ਅੰਦਰ ਆਉਣ ਮਗਰੋਂ ਨਿੰਮੀ ਤੇ ਲਾਲੀ ਇੱਕ ਦੂਜੇ ਨੂੰ ਗਲੇ ਮਿਲੀਆਂ ਲਾਲੀ ਨੇ ਸਿਰਫ ਇੰਨਾ ਹੀ ਪੁੱਛਿਆ ਕਿਦਾਂ ਦੀਦੀ ਸਫਰ ਠੀਕ ਰਿਹਾ ਤੁਹਾਡਾ ਬੱਚੇ ਨੇ ਤੰਗ ਤਾਂ ਨਹੀਂ ਕੀਤਾ ਦਿੱਲੀ ਤੋਂ ਸਿੰਗਾਪੁਰ ਤੱਕ ਤਾਂ ਖੇਲਦਾ ਆਇਆ ਗਾਂ ਆ ਕੇ ਅੱਧੀ ਕੁ ਵਾਰ ਸੁੱਤਾ ਰਿਹਾ ਫਿਰ ਉਹਨੋਂ ਨਹੀਂ ਹਟਿਆ ਮੈਂ ਦੁੱਧ ਵੀ ਪਲਾਇਆ ਫਿਰ ਵੀ ਰੰਗ ਰੰਗ ਕਰਦਾ ਹੀ ਰਿਹਾ ਜਹਾਜ਼ੋਂ ਉਤਰ ਕੇ ਵੀ ਹੋਕੇ ਜੇ ਭਰੀ ਜਾਵੇ ਬਾਹਰ ਆ ਕੇ ਆਪਣੇ ਡੈਡੀ ਦੇ ਕੁਛੜ ਚੜ ਕੇ ਇੰਨਾ ਖੁਸ਼ ਹੋ ਗਿਆ ਕੋਈ ਮੁੜ ਕੇ ਮੇਰੀ ਬਾਤ ਹੀ ਨਹੀਂ ਪੁੱਛੀ ਨਿੰਮੀ ਨੇ ਖੁਸ਼ ਹੁੰਦੇ ਆਂ ਦੱਸਿਆ ਨਿੰਮੀ ਵੱਲੋਂ ਦੀਪੇ ਨੂੰ ਆਪਣੇ ਬੱਚੇ ਦਾ ਡੈਡੀ ਕਹਿਣਾ ਲਾਲੀ ਨੂੰ ਤੁਰੰਦਰ ਤੱਕ ਚੀਰ ਗਿਆ ਉਹਦੇ ਕੋਲੋਂ ਹੋਰ ਕੋਈ ਗੱਲ ਨਾ ਪੁੱਛ ਹੋਈ ਤੇ ਉਹ ਕਿਚਨ ਵੱਲ ਚਾਹ ਬਣਾਉਣ ਤੁਰ ਪਈ ਦੀਪੇ ਨੇ ਮਨਰਾਜ ਨੂੰ ਝੂਲੇ ਚਾਗਮ ਦੇ ਬਰਾਬਰ ਲੰਮਾ ਪਾ ਦਿੱਤਾ ਮਨਰਾਜ ਸੇਤ ਪੱਕੂ ਅਗਮ ਨਾਲੋਂ ਲਿੱਸਾ ਸੀ ਦੀਪਾ ਸੋਚ ਰਿਹਾ ਸੀ ਕਿ ਇੰਡੀਆ ਤੇ ਕੈਨੇਡਾ ਦੀ ਖੁਰਾਕ ਦਾ ਫਰਕ ਹੈ ਨਾਲੇ ਅਗਮ ਉਹਦੇ ਨਾਲੋਂ ਮਹਿਨਾ ਕੁ ਵੱਡਾ ਵੀ ਸੀ ਨਿੰਮੀ ਮਾ ਨਾਲ ਗੱਲਾਂ 'ਚ ਰੁੱਝ ਗਈ ਇਨੇ ਚਿਰ ਨੂੰ ਲਾਲੀ ਵੀ ਦੀਪੇ ਦੇ ਬਰਾਬਰ ਆ ਖੜੀ ਹੋਈ ਉਹਨੇ ਪਹਿਲੀ ਵਾਰ ਮਨਰਾਜ ਵੱਲ ਧਿਆਨ ਨਾਲ ਦੇਖਿਆ ਉਹਨੂੰ ਮਨਰਾਜ ਦੇ ਨੈਣ ਨਕਸ਼ੈਨ ਦੀਪੇ ਵਰਗੇ ਲੱਗੇ। ਉਹਦੇ ਮਨ 'ਚ ਜੋ ਥੋੜਾ ਬਹੁਤ ਭੁਲੇਖਾ ਸੀ ਕਿ ਸ਼ਾਇਦ ਨਿਮੀ ਦਾ ਬੱਚਾ ਉਹਦੇ ਪਹਿਲੇ ਆਸ਼ਕ ਦਾ ਹੋਵੇ ਉਹ ਪੂਰੀ ਤਰ੍ਹਾਂ ਨਿਕਲ ਗਿਆ। ਉਹਨੇ ਮਨਰਾਜ ਦੀ ਗੱਲ ਤੇ ਹੱਥ ਫੇਰਿਆ ਤੇ ਫਿਰ ਉਹਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ। ਪਿੱਛੇ ਨਿਮੀ ਦੀ ਆਵਾਜ਼ ਆਈ ਲੈ ਇਹ ਤਾਂ ਮਾਸੀ ਦਾ ਵੀ ਢੇਲਾ ਬਣ ਗਿਆ। ਚਲੋ ਵਧੀਆ। ਇਹਦਾ ਡੈਡੀ ਤੇ ਮਾਸੀ ਦੋਵੇਂ ਇਹਨੂੰ ਸਾਹਮਣੇ ਚ ਮੇਰਾ ਹੱਥ ਵੰਡਾ ਦਿਆ ਕਰਨਗੇ। ਤੁਸੀਂ ਚਿੰਤਾ ਨਾ ਕਰੋ ਦੇਦੀ। ਏਨੇ ਹੁਣ ਆਪਣੇ ਮਾਸੀ ਮਾਸੜ ਦਾ ਹੀ ਪੁੱਤ ਬਣ ਜਾਣਾ ਹੈ ਲਾਲੀ ਨੇ ਜਵਾਬ ਦਿੱਤਾ ਦੀਪੇ ਨੂੰ ਦੋਹਾਂ ਭੈਣਾਂ ਵਿਚਾਲੇ ਸ਼ਬਦੀ ਨਸ਼ਤਰ ਚਲਦੇ ਮਹਿਸੂਸ ਹੋਏ ਨਿੰਮੀ ਉਹਨੂੰ ਬੱਚੇ ਦਾ ਡੈਡੀ ਬਣਾਉਣ ਤੇ ਤੁਲੀ ਹੋਈ ਸੀ ਜਦਕਿ ਲਾਲੀ ਉਹਨੂੰ ਬੱਚੇ ਦਾ ਮਾਸੜ ਐਲਾਨ ਕਰ ਰਹੀ ਸੀ ਦੀਪੇ ਨੂੰ ਅੰਦਾਜ਼ਾ ਹੋ ਗਿਆ ਕਿ ਆਉਣ ਵਾਲੇ ਦਿਨ ਸੁਖਾਵੇਂ ਨਹੀਂ ਹੋਣ ਵਾਲੇ ਤੇ ਇਹੋ ਜਿਹੇ ਝੋਭਾਂ ਭਰੇ ਬੋਲ ਹੁਣ ਨਿੱਤ ਸੁਣਨ ਨੂੰ ਮਿਲਦੇ ਰਹਿਣਗੇ ਇਨੇ ਨੂੰ ਨਿੰਮੀ ਨੇ ਆ ਕੇ ਅਗਮ ਨੂੰ ਚੁੱਕ ਕੇ ਗੱਲ ਲਾ ਲਿਆ ਤੇ ਫਿਰ ਬਾਰੋ-ਬਾਰੀ ਦੋਹਾਂ ਨਿਆਣੀਆਂ ਦੇ ਚਿਹਰਿਆਂ ਵੱਲ ਵੇਖਦੇ ਆ ਦੀਪੇ ਨੂੰ ਕਹਿਣ ਲੱਗੀ ਦੀਪ ਦੇਖੋ ਨੈਣ ਨਕਸ਼ ਕਿੰਨੇ ਰਲਦੇ ਆ ਦੋਹਾਂ ਦੇ ਦੋਵੇਂ ਐਨ ਤੁਹਾਡੇ ਤੇ ਹੀ ਗਏ ਆ ਦੀਪੇ ਪੁੱਤਾਂ ਨਿੰਮੀ ਦੇ ਤੇਚੀ ਅੰਦਰ ਕਮਰੇ 'ਚ ਰੱਖ ਦੇ ਪ੍ਰਕਾਸ਼ ਕੌਰ ਨੇ ਉਹਨਾਂ ਦਾ ਧਿਆਨ ਹੋਰ ਪਾਸੇ ਪੁਆਉਂਦਿਆਂ ਕਿਆ ਓਕੇ ਮੰਮੀ ਰੱਖ ਦੇਣਾ ਦੀਪੇ ਨੇ ਸਾਰਿਆਂ ਦੀ ਸਲਾਰ ਨਾਲ ਉੱਪਰ ਮੰਮੀ ਡੈਡੀ ਦੇ ਕਮਰੇ ਨਾਲ ਦਾ ਕਮਰਾ ਨਿੰਮੀ ਵਾਸਤੇ ਪਹਿਲਾਂ ਹੀ ਤਿਆਰ ਕਰ ਦਿੱਤਾ ਸੀ ਉਸ ਕਮਰੇ ਚ ਅਟੈਚਡ ਵਾਸ਼ਰੂਮ ਸੀ ਇਸ ਤੋਂ ਇਲਾਵਾ ਦੀਪੇ ਨੇ ਬੇਬੀ ਕ੍ਰਿਬ ਵੀ ਲਿਆ ਕੇ ਰੱਖ ਦਿੱਤਾ ਸੀ ਗੱਲ ਕਿ ਉਹਨੇ ਪਹਿਲਾਂ ਹੀ ਨਿੰਮੀ ਦੀਆਂ ਜ਼ਰੂਰਤਾਂ ਮੁਤਾਬਕ ਸਾਰੀ ਤਿਆਰੀ ਕਰ ਦਿੱਤੀ ਸੀ ਦੀਪਾ ਜਦੋਂ ਨਿੰਮੀ ਦੇ ਅਟੈਚੀ ਉਹਦੇ ਕਮਰੇ ਚ ਰੱਖ ਰਿਆ ਸੀ ਨਿੰਮੀ ਵੀ ਮਲਕੜੇ ਦੇ ਅੰਦਰ ਆਵਣੀ ਉਹ ਬੜੇ ਚਾਰਨਲ ਕਰਨ ਲੱਗੀ ਅੱਛਾ ਜੀ ਆ ਆਪਣਾ ਕਮਰਾ ਆ ਹਾਂ ਨਿੰਮੀ ਇਹ 13 ਕਮਰਾ ਨਾਲ ਦਾ ਕਮਰਾ ਮੰਮੀ ਡੈਡੀ ਦਾ ਆ ਸਾਡਾ ਪੌੜੀਆਂ ਚੜਦੇ ਸਾਰ ਸਾਹਮਣਾ ਕਮਰਾ ਦੀਪ ਨੇ ਕਮਰਿਆਂ ਦੀ ਤਰਤੀਬ ਬਿਆਨੀ ਆਮਨਰਾਜ ਲਈਆ ਨਿੰਮੀ ਨੇ ਕ੍ਰਿਬ ਵੱਲ ਉਂਗਲ ਕਰਕੇ ਪੁੱਛਿਆ ਹਾਂ ਇਹ ਕ੍ਰਿਬ ਬੱਚਿਆਂ ਲਈ ਹੁੰਦੀ ਇਹਦੇ ਵਿੱਚੋਂ ਨਿਆਣਾ ਡਿੱਗਦਾ ਨਹੀਂ ਦੀਪ ਨੇ ਸਮਝਾਇਆ ਪਰ ਆ ਬੈੱਡ ਦੋ ਜਣਿਆਂ ਲਈ ਛੋਟਾ ਨਹੀਂ ਨਿੰਮੀ ਨੇ ਬੈੱਡ ਵੱਲ ਦੇਖਦੇ ਆ ਕਿ ਦੋ ਜਣੇ ਕੌਣ ਇਹ ਤੇਰਾ ਇਕੱਲੀ ਦਾ ਹੀ ਬੈੱਡ ਆ ਹਾਂ ਜੇ ਤੈਨੂੰ ਇਕੱਲੀ ਨੂੰ ਵੀ ਛੋਟਾ ਲੱਗਦਾ ਤਾਂ ਵੱਡਾ ਲਿਆ ਦੇਣੀ ਦੀਪ ਨੇ ਹੈਰਾਨੀ ਨਾਲ ਨਿੰਮੀ ਵੱਲ ਦੇਖਦੇ ਆ ਕਿ ਹੈ ਸੱਚੀ ਮੇਰਾ ਕੱਲੀ ਦਾ ਹੀ ਆ ਨਿੰਮੀ ਨੇ ਚਿਹਰੇ ਤੇ ਖਚਰੀ ਜੀ ਮੁਸਕਰਾਟ ਲਿਆਉਂਦੀਆਂ ਅੱਖਾਂ ਵੱਡੀਆਂ ਕਰਕੇ ਗਿਆ ਜਿਹਦਾ ਦੀਪੇ ਨੇ ਕੋਈ ਜਵਾਬ ਨਾ ਦਿੱਤਾ ਤੇ ਕਾਲੀ ਨਾਲ ਕਮਰੇ ਚੋਂ ਬਾਹਰ ਨਿਕਲ ਗਿਆ ਜਿਉਂ ਹੀ ਉਹ ਕਮਰਿਆਂ ਬਾਹਰ ਨਿਕਲਿਆ ਉਹਨੇ ਦੇਖਿਆ ਲਾਲੀ ਬਾਹਰ ਦਰਵਾਜ਼ੇ ਨੇੜੇ ਕੰਧ ਨਾਲ ਲੱਗੀ ਖੜੀ ਸੀ ਉਹ ਦੀਪੇ ਵੱਲ ਵੇਖ ਕੇ ਕਾਲੀ ਨਾਲ ਪੌੜੀਆਂ ਉਤਰ ਗਈ ਉਸ ਰਾਤ ਜਦੋਂ ਲਾਲੀ ਬੈੱਡ ਤੇ ਆਈ ਤਾਂ ਦੀਪੇ ਨੇ ਹੱਸ ਕੇ ਉਹਨੂੰ ਛੇੜਦਿਆਂ ਗਿਆ ਕੀ ਹਾਲ ਚਾਲ ਆ ਸਾਡਾ ਸਾਡੇ ਜਸੂਸ ਲਾਲ ਗੁਲਾਲ ਦਾ ਠੀਕ ਆ ਜਨਾਬ ਮੈਂ ਸੋਚਿਆ ਵੀ ਦੇਖਿਓ ਪਹਿਲੀ ਮੁਲਾਕਾਤ ਚ ਕੀ ਗੁਲਖਿਲਾ ਹੁੰਦੀ ਐ ਲਾਲੀ ਨੇ ਬੈੱਡ ਤੇ ਚੜਦਿਆਂ ਬੜੀ ਬੇਬਾਕੀ ਨਾਲ ਕਿਹਾ ਉਹ ਬਾਬਾ ਗੁਰੂ ਇੱਕ ਵਾਰੀ ਭੁੱਲ ਹੋ ਗਈ ਸਜ਼ਾ ਵੀ ਭੁਗਤ ਲਈ ਮਾਫੀ ਵੀ ਮੰਗ ਲਈ ਹੁਣ ਤਾਂ ਬਖਸ਼ ਦਿਓ ਥੋੜਾ ਬਹੁਤ ਯਕੀਨਤਾ ਕਰ ਲਓ ਦੀਪੇ ਨੇ ਲਾਲੀ ਵੱਲ ਦੇਖਦੇ ਆ ਬੇਵਸੀ ਨਾਲ ਕਿਹਾ ਤੁਹਾਡੇ ਯਕੀਨ ਤੇ ਬੜਾ ਮਾਨਸੀ ਹਜ਼ੂਰ ਪਰ ਹੁਣ ਉਹ ਆ ਗਏ ਆ ਜਿਹੜੇ ਸਾਡੇ ਯਕੀਨ ਨੂੰ ਤੋੜਨਾ ਜਾਣਦੇ ਆ ਲਾਲੀ ਨੇ ਤੰਜ਼ ਕੀਤੀ ਚੰਗਾ ਭਾਈ ਤੁਹਾਡੀ ਮਰਜ਼ੀ ਨਹੀਂ ਤਾਂ ਨਾ ਸਹੀ ਦੀਪੇ ਨੇ ਹੀ ਕਹਿੰਦੇ ਆ ਗਲ ਦਾ ਭੋਗ ਪਾਉਣਾ ਚਾਹੀਆ ਲਾਲੀ ਨੇ ਉਹਦੀ ਛਾਤੀ ਤੇ ਸਿਰ ਰੱਖ ਲਿਆ ਦੁਸਕਣ ਲੱਗ ਪਈ ਲਾਲੀ ਪਲੀਜ਼ ਯਾਰਾ ਕੀ ਸ਼ੁਰੂ ਕਰ ਲਿਆ ਹੁਣ ਮੈਂ ਕੀ ਕਰਾਂ ਜਿਸ ਨਾਲ ਤੈਨੂੰ ਯਕੀਨ ਆ ਜਾਏ ਕਿ ਮੈਂ ਤਨੂੰ ਮਨੋਂ ਤੇਰਾ ਹੀ ਆ ਦੀਪੇ ਦੀ ਆਵਾਜ਼ ਥੋੜੀ ਖਿਜਰਲੀ ਹੋਈ ਸੀ ਚਲੋ ਉઠੋ ਮੈਂ ਦੱਸਦੀ ਆਂ ਵੀ ਕੀ ਕਰੋ ਲਾਲੀ ਨੇ ਹੱਥੋਂ ਫੜ ਕੇ ਦੀਪੇ ਨੂੰ ਉਠਾਉਂਦਿਆਂ ਗਿਆ ਦੀਪਾ ਹੈਰਾਨੀ ਨਾਲ ਉੱਠ ਕੇ ਉੱਠ ਕੇ ਕੋਲ ਖੜੋ ਗਿਆ લાલી ਨੇ દીਪੇ ਦਾ ਹੱਥ ਕਰੇ ਬੁੱਜ ਪਾਇਆ ਗਮਦੇ ਸਿਰ ਤੇ ਰੱਖ ਕੇ ਗਿਆ ਖਾਓ ਗਮਦੇ ਸਾਂ ਵੀ ਤੁਸੀਂ ਦੀਦੀ ਦੀ ਸੇਜ ਕਦੇ ਨਹੀਂ ਹੰਡਾਉਂਗੇ ਉਹ ਭਾਵੇਂ ਲੱਖ ਜ਼ੋਰ ਲਾ ਲੈ ਤੁਸੀਂ ਉਹਦੇ ਨਾਲ ਫਿਜ਼ੀਕਲ ਨਹੀਂ ਹੋਵੋਗੇ ਚੱਲ ਮੈਂ ਆਪਣੇ ਬੱਚੇ ਦੀ ਸੌਂ ਖਾਣਾ ਭੀ ਨਿੰਮੀ ਨਾਲ ਕਦੇ ਵੀ ਨਹੀਂ ਸੇਜ ਸਾਂਝੀ ਕਰਦਾ ਹੁਣ ਖੁਸ਼ દીਪੇ ਨੇ ਝੱਟ ਸੌਂ ਖਾ ਲਈ ਇਸ ਮਗਰੋਂ ਲਾਲੀ ਦੇ ਮਨ ਨੂੰ ਕੁਝ ਤਰਵਾਸ ਮਿਲਿਆ ਉਹ દીਪੇ ਨੂੰ ਘੁੱਟ ਕੇ ਜੱਫੀ ਪਾ ਕੇ ਖੜ ਗਈ ਸਿਸਕਦਿਆਂ ਕਹਿਣ ਲੱਗੀ ਆਈ ਲਵ ਯੂ દીਪੇ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਮੈਨੂੰ ਕਦੇ ਵੀ ਛੱਡ ਕੇ ਨਾ ਜਾਇਓ। ਮੈਨੂੰ ਦੀਦੀ ਤੋਂ ਬਹੁਤ ਡਰ ਲੱਗਦਾ ਹੈ। ਮੈਨੂੰ ਲੱਗਦਾ ਉਹ ਕੁਝ ਵੀ ਕਰ ਸਕਦੇ ਆ। ਪਤਾ ਨਹੀਂ ਮੈਨੂੰ ਇਦਾਂ ਕਿਉਂ ਲੱਗੇ ਜਾਂਦਾ ਕਿ ਉਹ ਤੁਹਾਨੂੰ ਮੇਰੇ ਕੋਲੋਂ ਖੋ ਲੈਣਗੇ। ਲੈ, ਇਹ ਕੋਈ ਖੇਡ ਪਈ ਆ। ਆਪਾਂ 2-4 ਮਹੀਨੇ ਉਹਨੂੰ ਨਾਲ ਰੱਖ ਕੇ ਕਹਿ ਦੇਣਾ ਵੀ ਮੂਵ ਹੋ ਜਾਏ। ਡੈਡੀ ਮੰਮੀ ਭਾਵੇਂ ਉਸ ਨਾਲ ਰਹਿ ਲੈਣਗੇ। ਦੀਪੇ ਨੇ ਲਾਲੀ ਨੂੰ ਹੌਸਲਾ ਦਿੰਦੇ ਆ ਕਿ ਹਾਂ ਦੀ, ਪਲੀਜ਼ ਉਹਨੂੰ ਛੇਤੀ ਮੂਵ ਕਰ ਦਿਓ। ਗੱਲਾਂ ਕਰਦੇ ਹਾਂ ਦੁਬਾਰਾ ਬੈੱਡ ਤੇ ਲੰਮੇ ਪੈ ਗਏ। ਮੈਨੂੰ ਇੱਕ ਹੋਰ ਗੱਲ ਤੋਂ ਵੀ ਥੋੜਾ ਡਰ ਲੱਗਾ ਦੀ ਲਾਲੀ ਨੇ ਦੀਪੇ ਦੇ ਨਾਲ ਲਿਪਟ ਦਿਆਂ ਗਿਆ ਉਹ ਕਿਹੜਾ ਦੀਦੀ ਨੇ ਬੱਚੇ ਤੋਂ ਬਾਅਦ ਆਪਣੀ ਫਿਗਰ ਇਹਨ ਪਹਿਲਾਂ ਵਰਗੀ ਕਰ ਲਈ ਹੈ ਥੋੜੇ ਜੇ ਮਹੀਨਿਆਂ ਚ ਪਹਿਲਾਂ ਵਾਂਗ ਸਲਿਮ ਟ੍ਰਿਮ ਹੋ ਗਏ ਮੇਰਾ ਭਰਾ ਜੀ ਪਹਿਲਾਂ ਜਨਾਨੀ ਹੋਇਆ ਲਾਲੀ ਨੇ ਫਿਕਰਮੰਦੀ ਜੀ ਨਾਲ ਕਿਹਾ ਲੈ ਮੇਰਾ ਲੱਡੂ ਤਾਂ ਬਹੁਤ ਸੋਹਣਾ ਲੱਗਦਾ ਉਹ ਤਾਂ ਕਮਜ਼ੋਰੀ ਦੀ ਮਾਰੀ ਹੈ ਦੇਖਿਆ ਨਹੀਂ ਮਨਰਾਜ ਵੀ ਕਿੰਨਾ ਕਮਜ਼ੋਰ ਜਿਹਾ ਲੱਗਦਾ ਇਸ ਪਿੱਛੇ ਦੀਪਾ ਸੋਚੀ ਪੈ ਗਿਆ ਜਿਹੜੀ ਲਾਲੀ ਕੱਲ ਤੱਕ ਆਪਣੀ ਭੈਣ ਤੇ ਜਾਨ ਦਿੰਦੀ ਸੀ ਅਜੋ ਗਵਾਰਾ ਨਹੀਂ ਸੀ ਕਿ ਉਹਦੀ ਭੈਣ ਇਸ ਘਰ ਚ ਜ਼ਿਆਦਾ ਚਿਰ ਰਹੇ ਉਧਰ ਨਿੰਮੀ ਵੀ ਹਰ ਗੱਲ ਇਸ ਢੰਗ ਨਾਲ ਕਰਦੀ ਸੀ ਜਿਸ ਤੋਂ ਲੱਗੇ ਕਿ ਦੀਪੇ ਨਾਲ ਉਹਦਾ ਰਿਸ਼ਤਾ ਬਾਦਸਤੂਰ ਜਾਰੀ ਹੈ ਧੰਨਵਾਦ ਚਲ